ਜਿੱਦਾਂ ਕਹਿ ਲਓ ਨਾ ਇੱਕ ਹੀਰਾ ਹੁੰਦਾ, ਹਾਂਜੀ, ਜਾਂ ਸਿਆਣੇ ਕਹਿੰਦੇ ਸੋਨੇ ਦੀ ਖਰੀ ਡਲੀ ਹੁੰਦੀ ਹੈ, ਹਾਂਜੀ, ਇਹ ਸੰਤ ਕਰਤਾਰ ਸਿੰਘ ਇੱਕ ਸੋਨੇ ਦੀ ਖਰੀ ਡਲੀ ਵਾਂਗੂ ਸੀ। ਹਾਂਜੀ, ਇੱਕ ਉਹਨਾਂ ਜੀਵਨ ਸੀ, ਮੈਂ ਉਹਨਾਂ ਨੂੰ ਬੱਬਰ ਸ਼ੇਰ ਕਹਿਣਾ। ਹਾਂਜੀ, ਉਹਨਾਂ ਦੀ ਗਰਜਵੀਂ ਆਵਾਜ਼, ਉਹਨਾਂ ਦਾ ਕੌਨਫੀਡੈਂਸ ਤੇ ਉਹਨਾਂ ਦੇ ਚਿਹਰੇ ਦੇ ਪ੍ਰਭਾਵ ਜਾਂ ਸਿੱਖੀ ਪ੍ਰਤੀ ਉਹਨਾਂ ਦਾ ਜਜ਼ਬਾ, ਉਹਨਾਂ ਵਿੱਚ ਦੋਨੋਂ ਹੀ ਰੂਪ ਸੀ। ਉਹ ਸੰਤ ਵੀ ਪੂਰੇ ਸੀ ਤੇ ਸਿਪਾਹੀ ਵੀ ਪੂਰੇ ਸੀ। ਹਾਂਜੀ, ਇਹ ਚੀਜ਼ਾਂ ਨੇ ਸਾਨੂੰ ਪ੍ਰਭਾਵਿਤ ਕੀਤਾ। ਫਿਰ ਉਹ ਇੱਕ ਉਹਨਾਂ 'ਚ ਹੋਰ ਧਰਮ ਨੀਤੀ ਬਹੁਤ ਬੜੀ ਸੀ ਉਹਨਾਂ 'ਚ। ਹਾਂਜੀ, ਉਹ ਚੀਜ਼ਾਂ ਅਸੀਂ ਉਹਨਾਂ ਕੋਲ ਬਹੁਤ ਸਿੱਖੀਆਂ ਵੀ ਸਿੱਖੀ ਲਈ ਅਸੀਂ ਤਤਪਰ ਰਹਿਣਾ, ਹਰ ਵਕਤ ਸੇਵਾ ਕਰਦੇ ਹਾਂ। ਹਾਂਜੀ, ਗੁਰੂ ਗ੍ਰੰਥ ਸਾਹਿਬ ਪ੍ਰਤੀ ਉਹਨਾਂ ਦਾ ਸਤਿਕਾਰ ਜਿਹੜਾ ਸੀ ਨਾ, ਜਿਵੇਂ ਇੱਕ ਵਾਰੀ ਦੀ ਗੱਲ ਹੈ, ਮੈਂ ਤੇ ਅਸੀਂ ਜੋੜ ਮੇਲੇ ਵਿੱਚ ਸੀ 28 ਜੂਨ ਨੂੰ। ਹਾਂਜੀ, ਮਹਾਂਪੁਰਖਾਂ ਜੋੜ ਮੇਲਾ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਮਨਾਇਆ ਜਾ ਰਿਹਾ ਸੀ। ਹਾਂਜੀ, ਇਹ 27 ਜੂਨ ਰਾਤ ਦੀ ਗੱਲ ਹੈ ਕਿ ਰਾਤ ਨੂੰ ਕੀਰਤਨ ਦਰਬਾਰ ਸੀ ਉਹਦੇ ਨਾਲ। ਰਾਤ ਨੂੰ ਅਸੀਂ ਉੱਠ ਕੇ ਸਟੇਜ ਤੋਂ 12 ਵਜੇ ਮਹਾਂਪੁਰਖ ਕਹਿੰਦੇ ਮੈਂ ਸਵੇਰ ਦਾ ਉੱਠਿਆ ਵੀ ਥਕਾਵਟ ਜੀ ਥੋੜ੍ਹੀ ਹੋ ਗਈ, ਮੈਂ ਥੋੜ੍ਹਾ ਜਿਹਾ ਆਰਾਮ ਕਰ ਲਾਂ। ਮੈਂ ਤੇ ਜਿਹੜਾ ਲੰਗਰ ਦੇ ਉੱਪਰ ਨਾ ਜਾ ਕੇ ਇੱਕ ਮੰਜਾ ਪਿਆ ਸੀ, ਉਹਨਾਂ ਨੂੰ ਇਹ ਨਹੀਂ ਸੀ ਕੋਈ ਮੈਨੂੰ ਪਲੰਘ ਮਿਲੇ ਜਾਂ ਕੋਈ ਬਿਸਤਰਾ ਮਿਲੇ, ਉਹ ਸਾਦੇ ਜਿਹੇ ਮੰਜੇ 'ਤੇ ਜਾ ਕੇ ਮਾਣ ਵਾਲੇ 'ਤੇ ਲੰਮੇ ਪੈ ਗਏ। ਇਹ ਸਾਡੇ ਦੇਖਦਿਆਂ ਦੇਖਦਿਆਂ ਮਹਾਂਪੁਰਖਾਂ ਦਾ ਮੰਜਾ ਇੱਕਦਮ ਉਲਟ ਗਿਆ। ਅੱਛਾ, ਤੇ ਉਹਨਾਂ ਨੇ ਜਿਵੇਂ ਬੰਦਾ ਐਕਟਿਵ ਹੁੰਦਾ ਇੱਕਦਮ ਛਾਲ ਮਾਰੀ ਅਤੇ ਤੀਰ ਚੱਕਿਆ ਅਤੇ ਕਹਿੰਦੇ ਭੱਜੋ ਹੋਏ। ਅੱਛਾ, ਅਸੀਂ ਕਿਹਾ ਪਤਾ ਨਹੀਂ ਕੀ ਹੋ ਗਿਆ, ਭੱਜੋ ਹੋਏ ਕੀ ਹੋ ਗਿਆ ਇਹ, ਸਾਰੇ ਦਗੜ ਦਗੜ ਪੌੜੀਆਂ ਉਤਰੇ ਸਟੇਜ 'ਤੇ। ਮੈਨੂੰ ਕਹਿੰਦੇ ਮੇਰੇ ਪੈਰਾਂ 'ਤੇ ਪਾਣੀ ਪਾ, ਮੈਂ ਉਦੋਂ ਮਹਾਂਪੁਰਖਾਂ ਦਾ ਗੜਬਈ ਸੀਗਾ ਅਤੇ ਉਹ ਪਾਣੀ ਪਾਇਆ, ਹੱਥ ਧੋਏ, ਫਟਾਫਟ ਜਾ ਕੇ ਅਰਦਾਸ ਕਰਕੇ ਸੁੱਖ ਆਸਣ ਕਰਨ ਲੱਗ ਪਏ। ਸਿੰਘਾਂ ਨੂੰ ਕਿਹਾ ਤੁਸੀਂ ਕੀਰਤਨ ਕਰਦੇ ਰਹੋ। ਜਦੋਂ ਅਰਦਾਸ ਕਰਕੇ ਸਰੂਪ ਲੈ ਗਏ, ਦੂਸਰਾ ਸਰੂਪ ਲਿਆ ਕੇ ਪ੍ਰਕਾਸ਼ ਕਰਤਾ, ਫਿਰ ਕੀਰਤਨ ਆਰੰਭ ਹੋ ਗਿਆ। ਵਾਪਸ ਅਸੀਂ ਫਿਰ ਉੱਥੇ ਹੀ ਆ ਗਏ। ਹਾਂਜੀ, ਬਾਬਾ ਜਰਨੈਲ ਸਿੰਘ ਖਾਲਸਾ ਨੇ ਹੌਲੀ ਜਿਹੇ ਪੁੱਛਿਆ, ਮਹਾਰਾਜ ਇਹ ਸਾਨੂੰ ਵੀ ਚਾਨਣ ਪਾਓ, ਕੀ ਗੱਲ ਹੋ ਗਈ? ਹਾਂਜੀ, ਕਹਿੰਦੇ ਮੈਂ ਜਦੋਂ ਆ ਕੇ ਭਾਈ ਜਰਨੈਲ ਸਿੰਘ ਲੰਮਾ ਪਿਆ ਨਾ, ਇਸ ਪਾਸੇ 10ਵੇਂ ਪਾਤਸ਼ਾਹ ਆਏ, ਬੱਚੂ ਆਪ ਤਾਂ ਪੈ ਗਿਆ ਆ ਕੇ, ਸਾਡਾ ਸੁੱਖ ਆਸਣ ਕਿਹਨੇ ਕਰਨਾ, ਅਸੀਂ ਸਵੇਰ ਦੇ ਪ੍ਰਕਾਸ਼ ਹੈ ਅਤੇ ਸਾਡੀ ਕੋਈ ਕਮਾਈ ਨਹੀਂ ਹੈ। ਹਾਂਜੀ, ਕਹਿੰਦੇ ਨਾਲੇ ਮੇਰਾ ਮੰਜਾ ਉਲਟਾ। ਹਾਂਜੀ, ਹੈ ਕਹਿੰਦੇ ਵੀਰ ਰਸ 'ਚ ਆ ਗਏ। ਕਹਿੰਦੇ ਫਿਰ ਅਸੀਂ ਜਾ ਕੇ ਸੁਖ ਆਸਣ ਕਰਕੇ ਦੂਸਰਾ ਸਰੂਪ ਲਿਆ ਕੇ ਪ੍ਰਕਾਸ਼ ਕੀਤਾ। ਹਾਂਜੀ,